ਚ ਵਾਦੇ ਕਰਨੇ ਅੱਖਰ ਵਿੱਚ ਵਾਦਾ ਘਾਟਾ ਪੁੱਲ ਚੁੱਕੋ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰਾ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਠੀਕ ਹੈ ਅੱਜ ਬਲਤੇਜ ਦੀ ਰੈਸਲਿੰਗ ਆ ਜੂਨੀਅਰ ਦੇ ਤਾਂ ਅੱਜ ਇਹਨੇ ਵੀ ਗੁੱਡ ਲੱਕ ਆ ਜਿਸ ਤੇਜ ਦਾ ਜਿੱਦਾਂ ਬ੍ਰਦਰ ਸਿਲੈਕਟ ਹੋਇਆ ਤਾਂ ਤੇਰੇ ਲਈ ਵੀ ਪ੍ਰਾਰਥਨਾ ਇਹੀ ਆ ਵਾਹਿਗੁਰੂ ਅੱਗੇ ਵੀ ਤੂੰ ਪੂਰਾ ਜ਼ੋਰ ਲਾ ਕੇ ਕੋਲ ਤਾਂ ਅੱਜ ਐਨ ਫੋਮ ਬਾਰ ਆਈਆਂ ਬਸ ਬਾਬਿਆਂ ਦਾ ਨਾਂ ਲੈ ਕੇ ਮਿਹਨਤ ਦਾ ਤੁਹਾਨੂੰ ਫਲ ਮਿਲਣਾ ਤਾਂ ਮਿਲਦੇ ਹਾਂ ਤੁਹਾਨੂੰ ਇੱਦਾਂ ਹੀ ਬਣੇ ਰਹੋ ਤੁਹਾਨੂੰ ਅੱਜ ਅਸੀਂ ਦਿਖਾਲਦੇ ਹਾਂ ਸੁਪਰ ਸਟਾਰਾਂ ਦੀਆਂ ਫਿਰ ਰੈਸਲਿੰਗ ਤਾਂ ਸਾਡੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਅੱਜ ਵੈਦਰ ਥੋੜ੍ਹਾ ਖਰਾਬ ਹੋਇਆ ਅਤੇ ਫਿਰ ਸਨੋਅ ਪੈਣੀ ਸ਼ੁਰੂ ਹੋ ਗਈ ਇੱਥੇ ਦੇਖੋ ਕਿੱਦਾਂ ਚੜ੍ਹੀ ਹੋ ਤਾਂ ਅੱਜ ਜਿਹੜੇ ਜੂਨੀਅਰ ਦੇ ਟਰਾਇਲ ਆ ਇਹ ਵਰਲਡ ਦੇ ਤਾਂ ਉਹ ਤੁਹਾਨੂੰ ਦਿਖਾਲਦੇ ਹਾਂ ਅੰਮੀ ਤੂੰ ਲੱਗਣਾ ਤੂੰ ਓ ਉਹਦੀ ਵੇਟ ਨਾ ਕਰ ਹਾਂ ਆਪ ਲਾ ਕੇ ਲਾਗੀ ਖੁੱਭ ਕੇ ਖੁੱਭ ਕੇ ਲਵਾਓ ਇਹਨੂੰ ਲਵਾਓ ਅੰਮੀ ਜਦੋਂ ਮਰਜ਼ੀ ਤੂੰ ਲੱਗ ਸਕਦਾ ਪੁੱਤ ਕੰਡੇ ਤੇ ਗਿਆ ਹੁਣ ਲੱਗ ਗਿਆ ਕੰਡੇ ਤੇ ਮਰ ਜਾ ਹੁਣ ਤੁਰਿਆ ਚੱਲ ਪਵਰ ਹਾਂ ਤੁਰਿਆ ਚੱਲ ਤੁਰਿਆ ਚੱਲ ਅੱਗੇ ਨੂੰ ਫਾਰਵਰਡ ਅੱਗੇ ਨੂੰ ਅੰਮੀ ਅੰਮੀ ਕਬ ਕਿੰਨਾ ਲੱਗ ਤੂੰ ਖੁੱਭ ਕੇ ਚੱਲ ਅੰਮੀ ਕਾਹਦੀ ਵੇਟ ਕਰਦਾ ਹਾਂ ਗਿਆ ਗਿਆ ਵੇ ਗਿਆ ਵੇ ਤੈ ਕਢਾਓ ਅੰਮੀ ਫਾਸ ਬਾਏ ਤੈਨੂੰ ਕਾਹਦੀ ਵੇਟ ਕਰਦਾ ਲੱਗ ਅੰਮੀ ਇੱਕ ਵਾਰੀ ਅਟੈਕ ਅਟੈਕ ਮਾਰ ਗਿਆ ਉਹਨੂੰ ਅਟੈਕ ਕਰਨਾ ਪੈਣਾ ਉਹ ਫੜ ਇਹ ਆਉਣਾ ਹੁਣ ਲੱਗਦੇ ਨੂੰ ਫੜ ਅੰਮੀ ਲੱਗ ਪ੍ਰੋਪਰਲੀ ਯੈਸ ਚੱਲ ਚੱਲ ਪੁਆਇੰਟ ਦੋ ਹੋ ਗਿਆ ਕੀ ਕਰ ਜਾ ਤੂੰ ਉਹਦੇ ਚ ਦੇਖ ਲੈ ਫਿਰ ਉਹਨੂੰ ਦੇਖ ਚੱਲ ਫੜ ਫੜ ਵੀ ਫੜਦਾ ਨਹੀਂ ਉਹ ਤਾਂ ਤੁਰਿਆ ਜਾਂਦਾ ਹਬੀ ਤੂੰ ਐਵੀ ਦੱਬ ਕੀ ਜਾਂਦਾ ਹਾਂ ਕਾਹਦਾ ਦੇ ਨਾ ਨਾ ਉਹ ਦੇ ਦਿੱਤਾ ਮੈਂ ਆ ਕਾਹਦਾ ਪੁਆਇੰਟ ਦਿੱਤਾ ਵਾਈਟ ਕਾਹਦਾ ਦਿੱਤਾ
ਛੇਤੀ ਪੂਲ ਕੇ ਮੋੜੋ ਥੱਕਾ ਆ ਉਹ ਗੁੱਟ ਗੁੱਟ ਫੜ ਕੇ ਰੱਖ ਤੇਰੇ ਪੁਆਇੰਟ ਬਹੁਤ ਹੋ ਚੱਲ 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 ਨਾ ਨਾ ਦਵਾ ਉਹਨੂੰ ਦੌੜ ਕੇ ਦੌੜ ਕੇ ਵਿੱਚ ਟਾਈਮ ਵੀ ਸਹੀ ਕਰੋ ਟਾਈਮ ਗਲਤ ਹੋ ਗਿਆ ਓਏ ਨਾ ਥਾ ਦਵਾ ਉਹ ਨੱਠ ਕੇ ਉੱਪਰੋਂ ਵਿੱਚ ਅੰਦਰ Go! Yeah. Not the one who pushes in.
ਪੂਰੀ ਚੱਲ ਕੀ ਕਰੀਏ ਨਾ
Russell, a little faster. There you go. Move. Keep that going. Keep going. Continue. 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 Troisième avec la main droite. Attack his hand. Pull it off. Pull his hand off. C'est bon. Circle. Circle. Pull his hand off. Circle. Pull his hand off. In your seats, please. In the seats, so people behind you can see. In the seats. Come on, come on, come on.
Just a little update, our final matches before the lunch break on mat one, we won match number 115, mat two, 218, mat three, 319, mat four, 419, and mat five, 516. Thank you. I just want safety things. Watch a
shoulder. Let's go!
just get ready for tomorrow, okay? Very good, super football, yeah. All right. Let's go. Straight up, man.
ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਪਹਿਲਵਾਨ ਬੂਟਾ ਸਿੰਘ ਤਾਂ ਨਾਲ ਸਾਡੇ ਛਿੰਦਾ ਪਹਿਲਵਾਨ ਜੀ ਦੇ ਪੱਟੀ ਤੋਂ ਲੱਖਾ ਪਹਿਲਵਾਨ ਜਿਹੜੇ ਜੱਸਾ ਪੱਟੀ ਦੇ ਜਿਹੜੇ ਚਾਚਾ ਜੀ ਲੱਗਦੇ ਆ ਪਹਿਲਵਾਨ ਜੀ ਅੱਜ ਤੁਸੀਂ ਦੇਖਣ ਆਏ ਹਾਂ ਜਿਹੜੇ ਵਰਲਡ ਦੇ ਟ੍ਰਾਇਲ ਹੋ ਰਹੇ ਆ ਤੁਹਾਨੂੰ ਕੀ ਮਹਿਸੂਸ ਹੁੰਦਾ ਜਿਹੜੇ ਬਹੁਤ ਚੰਗਾ ਲੱਗਾ ਜੀ ਬਹੁਤ ਚੰਗਾ ਲੱਗਾ ਵਾ ਔਰ ਤੁਸੀਂ ਐਡੀ ਦੂਰੋਂ ਆਏ ਜੇ ਵੈਨਕੂਵਰ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਵੈਲਕਮ ਤੁਸੀਂ ਸਾਡੇ ਲਾਗੇ ਆਏ ਜੇ ਟੋਰਾਂਟੋ ਸ਼ਹਿਰ ਦੇ ਵਿੱਚ ਅਤੇ ਦੂਸਰੀ ਗੱਲ ਹੈ ਕੋਰਸ ਰੈਸਲਿੰਗ ਨਾਲ ਤਾਂ ਫਿਰ ਆਪਣਾ ਮੌਜਾਂ ਆਪਣੀਆਂ ਹੈਗੀਆਂ ਹੀ ਹੈਗੀਆਂ ਵਾ ਕਿਉਂਕਿ ਆਪਾਂ ਜੁੜੇ ਹਾਂ ਦੂਸਰਾ ਆਪਣੀ ਸਾਂਝ ਆ ਸਾਰਿਆਂ ਦੀ ਭਲਵਾਨ ਨਹੀਂ ਖੜ੍ਹੇ ਵੱਡੇ ਸਾਡੇ ਕੋਲ ਆਏ ਦੂਰੋਂ ਤੁਸੀਂ ਆਏ ਜੇ ਸੋ ਬਹੁਤ ਹੀ ਚੰਗਾ ਲੱਗਾ ਵਾ ਜੀ ਆਇਆਂ ਨੂੰ ਜੀ ਅਤੇ ਗੁੱਡ ਲੱਕ ਬੱਚਿਆਂ ਲਈ ਜਿੱਦਾਂ ਦੋਹਰਾ ਸਵਾਲ ਆ ਪਹਿਲਵਾਨ ਜੀ ਜਿੱਦਾਂ ਹੁਣ ਸਾਡੇ ਬੂਟਾ ਪਹਿਲਵਾਨ ਹੁਣ ਆਉਂਦਾ ਵੀ ਇਹਨਾਂ ਦੇ ਵਿਚਾਰ ਸੀ ਜਿਵੇਂ ਇੰਡੀਆ ਅਸੀਂ ਮਿੱਟੀ 'ਚ ਘੁਣ ਲਿਜਾਣਾ ਤੁਸੀਂ ਹੁਣ ਸਮਝ ਲਓ ਮਿੱਟੀ 'ਚੋਂ ਜਿੱਦਾਂ ਛਿੰਦਾ ਪਹਿਲਵਾਨ ਵੀ ਲਲਕਾਰਾ ਮਾਰ ਕੇ ਮਿੱਟੀ 'ਚ ਆਉਂਦੇ ਸੀ ਇੱਦਾਂ ਜੱਸਾ ਪਹਿਲਵਾਨ ਝੰਡੀਆਂ ਲੈ ਰਹੇ ਆ ਤੁਹਾਨੂੰ ਕੀ ਮਹਿਸੂਸ ਹੁੰਦਾ ਜਿੱਦਾਂ ਇੱਥੇ ਗੱਦੇ ਵਾਲੀ ਘੋਲ ਵੱਲ ਨੂੰ ਆਉਣਾ ਚਾਹੀਦਾ ਕਿ ਇਹ ਸਟਾਈਲ ਹੈ ਜੀ ਠੀਕ ਹੈ ਹੁਣ ਭਲਵਾਨ ਹੋਣੀ ਆ ਭਲਵਾਨ ਹੋਣੀ ਤਾਂ ਗੱਦੇ 'ਤੇ ਵੀ ਉਦੋਂ ਵੱਧ ਚੱਲਦੇ ਸੀ ਅਤੇ ਮਿੱਟੀ 'ਚ ਉਦੋਂ ਵੱਧ ਚੱਲਦੇ ਸੀ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਮੈਂ ਕਦੇ ਨਹੀਂ ਵੇਖਿਆ ਅਜੇ ਤੱਕ ਉਹ ਤਾਂ ਜੇ ਅੱਜ ਗੱਦੇ 'ਤੇ ਪੰਜਾਬ ਕੇਸਰੀ ਬਣੇ ਅਤੇ ਅਗਲੇ ਦਿਨ ਉਹ ਛਿੰਝ 'ਚ ਜਾ ਕੇ ਲਲਕਾਰੇ ਮਾਰਨ ਡਏ ਹੁੰਦੇ ਸੀ ਅਤੇ ਅੱਜ ਉਹ ਛਿੰਝਾਂ 'ਚ ਘੋਲਣ ਡਏ ਆ ਪਹਾੜਾਂ 'ਚ ਘੋਲਣ ਡਏ ਆ ਅਤੇ ਵਾਪਸ ਜਲੰਧਰ ਆਣ ਕੇ ਅਤੇ ਉਹ ਵੇਟ ਕਰਾ ਲੈਂਦੇ ਸੀ ਨੈਕਸਟ ਡੇ ਹੈ ਨਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈਗਾ ਪਰ ਹੁਣ ਥੋੜ੍ਹਾ ਜਿਹਾ ਬੱਚਿਆਂ ਦਾ ਕੁਛ ਤਕਨੀਕ ਜਾਂ ਕੁਛ ਹਾਲਾਤ ਇਹੋ ਜਿਹੇ ਆ ਵੀ ਕਈ ਵਾਰੀ ਭਲਵਾਨਾਂ ਨੂੰ ਇਹ ਲੱਗਦਾ ਵਾ ਵੀ ਯਾਰ ਅਸੀਂ 6-6 ਮਹੀਨੇ ਅਸੀਂ ਕੈਂਪਾਂ 'ਚ ਰਹਿੰਦੇ ਹਾਂ ਜਾਂ ਅਸੀਂ ਮੈਟਸ 'ਤੇ ਪ੍ਰੈਕਟਿਸ ਕਰੀਏ ਪਰ ਹੋਣਾ ਤਾਂ ਉਹ ਆ ਜੋ ਇਹਨਾਂ ਵੱਡਿਆਂ ਉੱਪਰ ਵਾਲਿਆਂ ਨੇ ਕਰ ਦੇਣਾ ਵਾ ਉੱਥੇ ਮਤਲਬ ਹੁੰਦੀਆਂ ਵਾ ਜਿੱਦਾਂ ਕਹਿ ਲਓ ਵੀ ਉਲੰਘਣਾ ਹੁੰਦੀਆਂ ਵਾ ਕਿਉਂਕਿ ਜੱਸੇ ਨਾਲ ਵੀ ਸਵਾਲ ਇਹ ਹੋਇਆ ਸੀ ਜਿੱਦਾਂ ਉਹਨਾਂ ਨੂੰ ਸਿਰ 'ਤੇ ਜਿੱਦਾਂ ਉਹ ਜਿਹੜੇ ਪਟਕਾ ਲਾਉਣ ਲਈ ਕਿਹਾ ਗਿਆ ਸੀ ਹਾਂਜੀ ਉੱਥੋਂ ਤੁਹਾਨੂੰ ਉਹਦੇ ਬਾਰੇ ਕੀ ਨਹੀਂ ਉਹ ਤਾਂ ਉਹ ਜਿਹੜਾ ਸੀ ਹਾਂ ਟੂਰਨਾਮੈਂਟ ਉਹਦੇ ਵਿੱਚ ਫੈਡਰੇਸ਼ਨ ਨੇ ਕੋਈ ਸਟੈਂਡ ਨਹੀਂ ਲਿਆ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਉਂਕਿ ਫੈਡਰੇਸ਼ਨ ਜਿਹੜੀ ਆਪਣੀ ਇੰਡੀਅਨ ਫੈਡਰੇਸ਼ਨ ਆ ਜੇ ਟੀਮ ਬਾਹਰ ਗਈ ਸੀ ਅਤੇ ਫੈਡਰੇਸ਼ਨ ਨੂੰ ਉਹਦੇ 'ਤੇ ਬਾਅਦ ਦੇ ਵਿੱਚ ਜਿਹੜਾ ਵਾ ਕੋਈ ਨਾ ਕੋਈ ਸਪਸ਼ਟ ਜਿਹੜਾ ਵਾ ਸਟੈਂਡ ਕਰਨਾ ਚਾਹੀਦਾ ਸੀ ਵੀ ਅੱਗੇ ਤੋਂ ਇੱਦਾਂ ਦੀ ਕੋਈ ਸਿਚੁਏਸ਼ਨ ਨਹੀਂ ਆਊਗੀ ਤਾਂ ਕਿ ਉਹ ਜਾ ਕੇ 6-6 ਮਹੀਨੇ ਜਾਂ 6-8 ਮਹੀਨੇ ਕੈਂਪਾਂ 'ਚ ਬਵੇ ਅਤੇ ਜਿਹੜੇ ਹੁਣ ਇਸ ਵੇਟ ਦਾ ਮੱਲ ਆ ਉਹ 6 ਮਹੀਨੇ ਬਹਿ ਕੇ ਉਹਦਾ ਗੁਜ਼ਾਰਾ ਨਹੀਂ ਉਹਨੂੰ ਤਾਂ ਛਿੰਝਾਂ ਦੰਗਲ ਚਾਹੀਦੇ ਆ ਕਿਉਂਕਿ ਜੱਸੇ ਨਾਲ ਵੀ ਇਹ ਸਵਾਲ ਹੋਇਆ ਸੀ ਜੱਸਾ ਉਦੋਂ PAP 'ਚ ਕਰਦਾ ਸੀ ਕਹਿੰਦਾ ਨਹੀਂ ਮੈਂ ਹੁਣ ਗੱਦੇ 'ਤੇ ਲੜਿਆ ਕਰਨਾ ਜਿਹੜਾ ਕੰਪਟੀਸ਼ਨ ਮੈਨੂੰ ਲੱਗਦਾ ਉਹਦਾ ਵੀ ਮਨ ਉੱਥੋਂ ਪਿੱਛੇ ਹਾਂਜੀ 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 ਉੱਥੋਂ ਉਹਦਾ ਪਿੱਛੇ ਵੀ ਮੁੜਿਆ ਵਾ ਪਲੱਸ ਉੱਥੇ ਜਦ ਤੱਕ ਜਿੱਦਾਂ ਹੁਣ ਆਪਾਂ ਤੁਸੀਂ ਵੀ ਵਿਚਰੇ ਜੇ ਮੈਂ ਵੀ ਬੜਾ ਕੁਛ ਵੇਖਿਆ ਵਾ ਜਦ ਤੱਕ ਤੁਹਾਡੇ ਬੰਦਾ ਕੋਈ ਇੰਟਰਨਲ ਤੁਹਾਡਾ ਇਨਸਾਈਡ ਨਹੀਂ ਹੈਗਾ ਤੁਹਾਡੀ ਬੈਕਅਪ ਦੇ ਉੱਤੇ ਤੁਹਾਡੇ ਨਾਲ ਕਿਸੇ ਵੇਲੇ ਕੁਛ ਵੀ ਹੋ ਸਕਦਾ ਤੁਹਾਨੂੰ ਕੈਂਪ 'ਚੋਂ ਵੀ ਕੱਢ ਦਿੰਦੇ ਆ ਤੁਹਾਨੂੰ ਟੀਮ 'ਚੋਂ ਵੀ ਕੱਢ ਦਿੰਦੇ ਆ ਤੁਹਾਨੂੰ ਕਿਤੇ ਵੀ ਜੋ ਕੁਛ ਹੋ ਜਾਂਦਾ ਤੁਹਾਨੂੰ ਪਤਾ ਵਾ ਉੱਥੇ ਕਿੰਨੀ ਜਿਹੜੀ ਹੈਗੀ ਆ ਪੋਲੀਟਿਕਸ ਚੱਲਦੀ ਆ ਰਾਈਟ ਅਤੇ ਹੁਣ ਭਲਵਾਨ ਹੋਣੀ ਤਾਂ ਜਿੰਨੀ ਕੁ ਆਪਣੀ ਜ਼ੋਰ 'ਤੇ ਜਿਹੜਾ ਜਿੱਤ ਸਕੇ ਜਿੱਤ ਗਏ ਜਿੱਤ ਗਏ ਪਰ ਟੂਰਾਂ ਟਾਰਾਂ ਤੋਂ ਤਾਂ ਉਹਨਾਂ ਨੂੰ ਵੀ ਦੂਰ ਹੀ ਰੱਖਿਆ ਗਿਆ ਸਹੀ ਗੱਲ ਓਕੇ ਟੂਰਾਂ ਤੋਂ ਤਾਂ ਉਹਨਾਂ ਨੂੰ ਦੂਰ ਹੀ ਰੱਖਿਆ ਗਿਆ ਵਾ ਉਹ ਕਿਹਨਾਂ ਨੇ ਰੱਖਿਆ ਵਾ ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕੀ ਨਾਂ ਲੈਣਾ ਹੁਣ ਕਿਸੇ ਦਾ ਇਹ ਸੀਗੇ ਆਪਣੇ ਲੱਖਾ ਪਹਿਲਵਾਨ ਜੀ ਲੱਖਾ ਪਹਿਲਵਾਨ ਜੀ ਤੁਸੀਂ ਤੁਹਾਨੂੰ ਰੋਸਤਮ ਦੇ ਵਾਸਤੇ ਸਾਰਾ ਇਸ ਟਾਈਮ ਵਰਲਡ 'ਚ ਦੇਖ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਮਹਾਰਾਜ ਮੈਂ ਕੌਣ ਉਹਨਾਂ ਦੇਣ ਵਾਲਾ ਮੈਂ ਤਾਂ ਕੋਈ ਐਡਾ ਵੱਡਾ ਭਲਵਾਨ ਨਹੀਂ ਨਾ ਮੈਂ ਨਾ ਭਲਵਾਨ ਰਿਹਾ ਹੀ ਹਾਂ ਮੈਂ ਤਾਂ ਨਾਲ ਰਿਹਾ ਵਾਂ ਤੁਹਾਡੇ ਵਰਗੇ ਵੱਡੇ ਵੱਡੇ ਭਲਵਾਨਾਂ ਦੇ ਜਿੱਦਾਂ ਭਲਵਾਨ ਨਾਲ ਰਿਹਾ ਵਾਂ ਤੁਹਾਡੇ ਨਾਲ ਜਾਂ ਗੁਰਮੁਖ ਭਲਵਾਨ ਨਹੀਂ ਸੁਰਜੀਤ ਨਹੀਂ ਮੈਂ ਤਾਂ ਨਾਲ ਰਿਹਾ ਵਾਂ ਮੈਂ ਤਾਂ ਭਲਵਾਨ ਨਹੀਂ ਅਤੇ ਮੇਰੀ ਆਵਾਜ਼ ਦਾ ਤਾਂ ਕੋਈ ਬੜਾ ਫਰਕ ਨਹੀਂ ਗਾ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਆਪਦੀ ਅਤੇ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਟਾਈਮ ਦਿਓ ਆਪਣੀ ਸਿਹਤ ਨੂੰ ਟਾਈਮ ਦਿਓ ਬਾਕੀ ਤਾਂ ਸਾਰਾ ਕੁਛ ਠੀਕ ਹੋ ਹੀ ਜਾਂਦਾ ਥੈਂਕ ਯੂ ਪਹਿਲਵਾਨ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਬੂਟਾ ਪਹਿਲਵਾਨ ਜੀ ਜਿੱਦਾਂ ਤੁਹਾਡੇ ਮਨ 'ਚ ਇਹ ਜ਼ਰੂਰ ਵਿਚਾਰ ਸੀਗਾ ਜਿੱਦਾਂ ਆਪਾਂ ਸਨੀ ਹੁਣੀ ਤਕੜੇ ਹੋਏ ਆ ਰੋਸਤਮ ਇਹਨਾਂ ਨੇ ਇੰਡੀਆ ਦੇ ਸਾਰੇ ਰੋਸਤਮ ਪਹਿਲਵਾਨ ਉਹਨਾਂ ਨੇ ਜਿੱਤਿਆ ਵੀ ਆ ਸਨੀ ਨੇ ਤੁਹਾਡੇ ਮਨ 'ਚ ਸੀਗਾ ਮਿੱਟੀ 'ਚ ਘੁਣ ਤੁਸੀਂ ਲੈ ਕੇ ਜਾਣਾ ਤੁਹਾਡੇ ਹਜੇ ਵੀ ਚਿੱਤ 'ਚ ਇੱਦਾਂ ਦੀਆਂ ਹੈਗੀਆਂ ਗੱਲਾਂ ਕਿ ਨਹੀਂ ਬਿਲਕੁਲ ਤੁਹਾਨੂੰ ਕੀ ਘਾਟ ਲੱਗਦੀ ਹੈ ਮੈਨੂੰ ਐਂ ਲੱਗਦਾ ਪੰਜਾਬੀ ਪਹਿਲਵਾਨ ਜਿਹੜਾ ਉਹ ਪਬਲਿਕ ਦੇ ਵਿੱਚ ਪੰਜਾਬੀਆਂ 'ਚ ਤਾਂ ਹੀ ਮਸ਼ਹੂਰ ਹੋਊ ਅਤੇ ਪੰਜਾਬੀ ਕੁਸ਼ਤੀ ਲੜੂਗਾ ਕਿਆ ਬਾਤ ਹੈ ਸੋ ਸਾਡੇ ਵੀ ਖਾਬ ਆ ਵੀ ਸਾਡਾ ਬੱਚਾ ਉੱਥੇ ਲੜੇ ਪਰ ਜ਼ਰੂਰੀ ਹੈ ਕਿ ਪੰਜਾਬ ਦੀਆਂ ਛਿੰਝਾਂ 'ਚ ਘੋਲੇ ਤਾਂ ਉਹਦਾ ਨਾਂ ਵੀ ਜ਼ਰੂਰ ਆਊਗਾ ਇਹ ਜਿਹੜੀ ਮੈਟ ਵਾਲੀ ਕੁਸ਼ਤੀ ਆ ਉਹ ਜਿਹੜੇ ਪਹਿਲਵਾਨ ਹੈ ਜਾਂ ਭਲਵਾਨੀ ਨਾਲ ਰਿਲੇਟਡ ਉਹਨਾਂ ਬੰਦੇ ਨੂੰ ਪਤਾ ਲੱਗਦਾ ਦੂਜੇ ਬੰਦੇ ਨੂੰ ਭਲਵਾਨ ਦਾ ਪਤਾ ਨਹੀਂ ਲੱਗਦਾ ਜਿਹੜਾ ਆਮ ਪਹਿਲਵਾਨ ਪੰਜਾਬੀ ਘੁਲਦਾ ਉਹਨੂੰ ਹਰ ਇਨਸਾਨ ਜਾਣਦਾ ਜਿਹੜਾ ਨਹੀਂ ਵੀ ਘੁਲਦਾ ਸੋ ਮੇਰੇ ਖਿਆਲ ਨਾਲ ਬੰਦੇ ਨੂੰ ਮਿੱਟੀ ਵਾਲੀ ਕੁਸ਼ਤੀ ਜ਼ਰੂਰ ਲੜਨੀ ਚਾਹੀਦੀ ਆ ਪਰ ਗੱਦੇ ਵਾਲੀ ਵੀ ਜ਼ਰੂਰ ਲੜਨੀ ਚਾਹੀਦੀ ਕਿਉਂਕਿ ਦੇ ਕਾਮਨਵੈਲਥ ਲੜਨਾ ਵਰਲਡ ਲੜਨਾ ਓਲੰਪਿਕ ਲੜਨਾ ਇਹ ਵੀ ਕਰਨੀ ਚਾਹੀਦੀ ਆ ਕੁਛ ਕੁਸ਼ਤੀ 'ਚ ਵੀ ਸੋਚ ਚਾਹੀਦੀ ਆ ਕੁਸ਼ਤੀ 'ਚ ਡਿਫਰੈਂਟ ਬਹੁਤ ਹੋ ਗਿਆ ਜਿਹੜੀ ਦੂਜੀ ਕੁਸ਼ਤੀ ਉਹਨੂੰ ਲੰਬੀ ਜ਼ਿਆਦਾ ਕਰ ਦਿੱਤਾ ਤਾਂ ਇਹਦਾ ਜਿਹੜਾ ਪੀਰੀਅਡ ਆ ਉਹ ਛੋਟਾ
ਐਕਸਰਸਾਈਜ਼ ਹੈ ਮੈਟ ਦੀ ਅਤੇ ਮਿੱਟੀ ਦੀ ਕੁਸ਼ਤੀ ਦਾ ਕਲੋਜ਼ ਇੱਕੋ ਤਰੀਕੇ ਨਾਲ ਹੋਵੇ ਤਾਂ ਬਾਹਲੀ ਵਧੀਆ ਗੱਲ ਹੈ। ਆਉਣ ਵਾਲੇ ਸਮੇਂ 'ਚ ਤੁਹਾਨੂੰ ਰੋਸਤਮ ਦੀ ਆਵਾਜ਼ 'ਤੇ ਸਾਰੇ ਦੇਖ ਰਹੇ ਆ, ਵਿੱਚ ਕੋਈ ਨਾ ਕੋਈ ਨਿਆਣਾ ਜ਼ਰੂਰ ਇੰਡੀਆ ਲੈ ਕੇ ਜਾਊਂਗੇ ਪਹਿਲਵਾਨ ਤੁਸੀਂ ਆਪਣੇ 'ਚ? ਹਾਂ, ਮੇਰਾ ਪਲਾਨਿੰਗ ਹੈਗੀ ਆ, ਮੈਂ ਕਿ ਓਲੰਪਿਕ ਦੇ ਟਰਾਇਲਾਂ ਤੱਕ ਰੁਕਿਆ ਸੀ, ਮੈਂ ਅਗਲੇ ਸਾਲ 7 ਤੋਂ 8 ਪਲਵਾਨ ਲੈ ਕੇ ਕੁਛ ਤੁਹਾਡੇ 'ਚੋਂ ਲਵਾਂਗਾ, ਕੁਛ ਹੋਰ ਮੇਰਾ ਇਰਾਦਾ ਵੀ ਸਾਰੇ ਕੈਨੇਡਾ 'ਚੋਂ ਵਧੀਆ ਵਧੀਆ ਮੁੰਡੇ ਲੈ ਕੇ ਇੱਕ ਟੀਮ ਬਣਾ ਕੇ ਮੇਰਾ ਕੈਨੇਡੀਅਨ ਖੜਾ ਪੰਜਾਬ 'ਚ ਹੋ ਜਾਣਾ, ਮੇਰਾ ਕੈਨੇਡੀਅਨ ਖੜਾ ਵੱਜੂਗਾ ਪੰਜਾਬ ਦੇ ਵਿੱਚ। ਹਾਂ, ਲੱਖਾ ਪਹਿਲਾਂ ਮੇਰੇ ਵਿਚਾਰ ਆ ਵੀ ਇੱਥੇ ਦੇ ਜਿਹੜੇ ਵਧੀਆ ਮੁੰਡੇ ਨੰਬਰ ਟੋਪ ਦੇ ਆ ਉਹ ਸਾਰੇ ਇਕੱਠੇ ਕਰਕੇ ਮੇਰਾ ਇਰਾਦਾ ਵੀ ਨਾਲ ਲੈ ਕੇ ਇੱਕ ਵਾਰ ਇੰਡੀਆ ਜਾਣ ਦਾ ਇਰਾਦਾ ਆ, ਵੀ ਇੱਥੇ ਦੇ ਜੰਮਪਲ ਬੱਚੇ ਉੱਥੇ ਕੋਈ ਆ ਕੇ ਛਿੰਝਾ ਕੁੰਡ 'ਤੇ ਇੰਜੋਏ ਕਰਨ। ਥੈਂਕ ਯੂ ਪਹਿਲਵਾਨ ਜੀ। ਤਾਂ ਪਹਿਲਵਾਨ ਜੀ, ਜਿੱਦਾਂ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਇਹੀ ਮੈਸੇਜ ਦੇਵਾਂਗਾ ਵੀ ਰੈਸਲਿੰਗ ਨਾਲ ਜੁੜੋ, ਇੱਦਾਂ ਦੀ ਗੇਮ ਇਹਦੇ 'ਚ ਰਿਸਪੈਕਟ ਵਾਲੀ ਆ, ਪੇਰੈਂਟਸ ਦੀ ਜਿਹੜੇ ਭਲਵਾਨ ਆ ਉਹ ਰਿਸਪੈਕਟ ਬਹੁਤ ਕਰਦੇ ਆ, ਆਪਣੇ ਉਸਤਾਦ ਦੀ, ਕੋਚ ਦੀ, ਰਿਸ਼ਤੇਦਾਰੀ 'ਚ, ਬਜ਼ੁਰਗਾਂ ਦੀ। ਸੋ ਇਹ ਗੇਮ ਨਾਲ ਦੀ ਗੇਮ ਨਹੀਂ, ਦੁਨੀਆ 'ਚ ਬੰਦਾ ਸਿਹਤਮੰਦ ਰਹਿੰਦਾ ਚਾਹੇ ਵੱਡਾ ਭਲਵਾਨ ਤਾਂ ਚਾਹੇ ਛੋਟਾ, ਸਿਹਤ ਵਧੀਆ ਰਹਿੰਦੀ ਉਹਦੀ, ਮੇਰੇ ਖਿਆਲ 'ਤੇ ਰਿਸਪੈਕਟ ਵੀ ਰਹਿੰਦੀ ਆ, ਫਿਜ਼ੀਕਲੀ ਠੀਕ ਰਹਿੰਦਾ। ਸੋ ਇਹ ਭਲਵਾਨੀ ਜ਼ਰੂਰ ਕਰਨੀ ਚਾਹੀਦੀ ਮੇਰੇ ਚਲ ਮੇਰੇ ਖਿਆਲ ਦੇ ਨਾਲ। ਥੈਂਕ ਯੂ ਪਹਿਲਵਾਨ ਜੀ, ਥੈਂਕ ਯੂ ਰਜੀਤ ਪਹਿਲਵਾਨ, ਲੱਖਾ ਪਹਿਲਵਾਨ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਭਲਵਾਨ ਜੀ ਤੁਹਾਡਾ। ਕੰਗ੍ਰੈਚੁਲੇਸ਼ਨਸ ਕੀ ਕਰੇ 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 ਕੀ ਕਰੇ
ਕੋਈ ਲੋੜ ਨਹੀਂ ਕੋਈ ਖਤਰਾ ਨਹੀਂ ਉਹਨੇ ਟੁੱਟ ਜਾਣਾ ਜਿਹਦਾ ਵੀ ਕਰਨਾ ਓਕੇ
ਗੈਸ ਖਤਮ ਹੈ ਤੇ ਮੈਂ ਜਿੰਨਾ ਯਾਰ ਹੋ Just like practice, AG, just like practice. Yes! ਜੰਜੂ ਦੇ ਆਉਂਦਾ ਖਿੱਚ ਖੁੱਚ ਕੇ ਉੱਥੇ ਵੀ ਲਿਆਉਣਾ ਜੰਜੂ ਵੀ ਵੱਜੂ Let's go!
Let's wrestle! Let's go! ਨੀਵਾ ਰਹਿ ਕੇ
At this point, we'll also give a final call for most outstanding wrestler ballots. If you have yet to hand those in, quickly bring them up to the head table so that we can add them to the ballot. That's like normal to forecast, at least for me. Like, whenever I get to touch with my sister.